ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਸਾਡੇ ਯੂਟਿਊਬ ਚੈਨਲ ਹਰੀਕਾ ਸਾਈਬਰ ਸਪੇਸ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਦੋਸਤੋ, ਜਿਨ੍ਹਾਂ ਨੇ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਦਿੱਤਾ ਬੈੱਲ ਆਈਕਨ ਦਬਾ ਦਿਓ ਤਾਂ ਜੋ ਨੈਕਸਟ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਹੀ ਪ੍ਰਾਪਤ ਹੋ ਜਾਵੇ। ਦੋਸਤੋ, ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ FCI ਫੂਡ ਕਾਰਪੋਰੇਸ਼ਨ ਆਫ ਇੰਡੀਆ। ਹਾਂਜੀ ਦੋਸਤੋ, ਅੱਜ ਅਸੀਂ ਲੈ ਕੇ ਆਏ ਤੁਹਾਡੇ ਲਈ FCI ਫੂਡ ਕਾਰਪੋਰੇਸ਼ਨ ਆਫ ਇੰਡੀਆ ਵਾਚਮੈਨ ਦੇ ਐਗਜ਼ਾਮ ਸੰਬੰਧੀ ਜਾਣਕਾਰੀ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਆ, ਫੂਡ ਕਾਰਪੋਰੇਸ਼ਨ ਆਫ ਇੰਡੀਆ FCI ਪੰਜਾਬ ਵਾਚਮੈਨ ਦੀਆਂ ਜਿਹੜੀਆਂ ਪੋਸਟਾਂ ਸੀ ਪੰਜਾਬ ਰੀਜਨ ਦੇ ਲਈ, ਉਹ 2017 ਦੇ ਵਿੱਚ ਆਈਆਂ ਸੀ। 2017 ਦੇ ਵਿੱਚ ਉਹਨਾਂ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਆ ਜਿਹੜਾ ਆਇਆ ਸੀਗਾ FCI ਦੀ ਵੈਬਸਾਈਟ ਦੇ ਉੱਤੇ, fcipunjab.gov.in ਦੇ ਉੱਤੇ। ਅਤੇ ਦੋਸਤੋ, ਤੁਹਾਨੂੰ ਦੱਸ ਦਈਏ ਇਹਦੇ ਵਿੱਚ ਤਕਰੀਬਨ 800 ਕੁਛ ਵੈਕੈਂਸੀਆਂ ਸੀ ਜਿਹੜੀਆਂ ਵਾਚਮੈਨ ਦੀਆਂ ਸੀਗੀਆਂ FCI ਦੇ ਵਿੱਚ, ਰੈਗੂਲਰ ਵੈਕੈਂਸੀਆਂ ਸੀ ਦੋਸਤੋ। ਅਤੇ ਇਹਦੇ ਲਈ ਜਿਹੜੀ ਕੁਆਲੀਫਿਕੇਸ਼ਨ ਆ ਉਹ 8ਵੀਂ ਮੰਗੀ ਗਈ ਸੀਗੀ। ਅਤੇ ਦੋਸਤੋ, ਇਹਦੇ ਵਿੱਚ ਹਿਊਜ ਨੰਬਰ ਆਫ ਐਪਲੀਕੈਂਟਸ ਨੇ ਅਪਲਾਈ ਕੀਤਾ ਸੀਗਾ। ਦੋਸਤੋ, ਇਹਦਾ ਨੋਟੀਫਿਕੇਸ਼ਨ ਆਇਆ ਸੀਗਾ, ਔਨਲਾਈਨ ਫੋਰਮ ਇਹਦਾ ਫਿੱਲ ਹੋਣਾ ਸੀ 21/8/17 ਨੂੰ, ਅਤੇ ਲਾਸਟ ਡੇਟ ਸੀ 27/9/17। ਅਤੇ ਦੋਸਤੋ, ਐਡਮਿਟ ਕਾਰਡ ਇਹਦੇ ਆ ਗਏ ਸੀਗੇ, ਡੇਟ ਆਫ ਰਿਟਨ ਟੈਸਟ ਵੀ ਜਿਹੜੀ ਡਿਕਲੇਅਰ ਹੋ ਗਈ ਸੀ 10/12/2017 ਨੂੰ। ਅਤੇ ਦੋਸਤੋ, ਪਰ ਕਿਸੇ ਨਾ ਕਿਸੇ ਕਾਰਨ ਕਰਕੇ ਜਿਹੜਾ ਇਹ ਪੇਪਰ ਸੀਗਾ ਇਹ ਮੁਲਤਵੀ ਹੋ ਗਿਆ ਸੀਗਾ। ਮੈਨੂੰ ਪਤਾ ਦੋਸਤੋ, ਤੁਸੀਂ ਇਹਦੀ ਜਾਣਕਾਰੀ ਚਾਹੁੰਦੇ ਹੋ ਕਿ FCI ਵਾਚਮੈਨ ਦਾ ਜਿਹੜਾ ਐਗਜ਼ਾਮ ਹੈ ਹੁਣ ਹੋਣਾ ਹੈ ਜਾਂ ਨਹੀਂ ਹੋਣਾ, ਜੇ ਹੋਣਾ ਤਾਂ ਕਦੋਂ ਹੋਣਾ। ਦੋਸਤੋ, ਐਗਜ਼ਾਮ ਸੰਬੰਧੀ ਪੂਰੀ ਜਾਣਕਾਰੀ ਹੈ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਦੋਸਤੋ, ਇਸ ਤੋਂ ਬਾਅਦ ਦੋਸਤੋ, ਜਦੋਂ 10/12/2017 ਦਾ ਐਗਜ਼ਾਮ ਇਹਦਾ ਡਿਕਲੇਅਰ ਹੋਇਆ ਸੀਗਾ, ਉਸ ਤੋਂ ਬਾਅਦ ਨਾਲ ਦੀ ਨਾਲ ਇੱਕ ਨੋਟੀਫਿਕੇਸ਼ਨ ਆ ਜਿਹੜਾ FCI ਵੱਲੋਂ ਆ ਗਿਆ ਸੀ ਨਿਊਜ਼ ਪੇਪਰ ਦੇ ਵਿੱਚ ਐਗਜ਼ਾਮ ਤੋਂ ਪਹਿਲਾਂ। ਦੋਸਤੋ, ਇਹ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਜੀ ਸਕਰੀਨ 'ਤੇ। ਫੂਡ ਕਾਰਪੋਰੇਸ਼ਨ ਆਫ ਇੰਡੀਆ ਦਾ ਆਇਆ ਸੀਗਾ ਰੀਜਨਲ ਆਫਿਸ ਪੰਜਾਬ ਦੇ ਲਈ ਭਰਤੀ ਨੋਟਿਸ 1/2017 ਪੰਜਾਬ FCI ਪੰਜਾਬ ਖੇਤਰ ਵਿੱਚ ਵਾਚਮੈਨ ਦੀ ਅਸਾਮੀ ਲਈ ਭਰਤੀ। ਅਤੇ ਦੋਸਤੋ, ਇਹਦੇ ਵਿੱਚ ਸੀਗਾ ਕਿ ਜਿਹੜਾ ਪੇਪਰ ਹੈ 10/12/2017 ਨੂੰ ਹੋਣਾ ਹੈ, ਉਹ ਕੁਝ ਕਾਰਨਾਂ ਕਰਕੇ ਜਿਹੜਾ ਮੁਲਤਵੀ ਹੋ ਗਿਆ ਸੀਗਾ। ਅਤੇ ਦੋਸਤੋ, ਮੁਲਤਵੀ ਹੋਣ ਕਰਕੇ ਪੇਪਰ ਦੀ ਅੱਗੇ ਮਿਤੀ ਹੈ ਜਿਹੜੀ ਅੱਗੇ ਪਾਈ ਗਈ ਸੀਗੀ ਕਿ ਪੇਪਰ ਹੈ ਜਿਹੜਾ ਇਨ ਫਿਊਚਰ ਹੋ ਸਕਦਾ, ਪਰ ਕੋਈ ਪੱਕੀ ਡੇਟ ਨਹੀਂ ਦਿੱਤੀ ਸੀ ਦੋਸਤੋ। ਮਤਲਬ ਜਿਹੜਾ 10/12/17 ਨੂੰ ਐਗਜ਼ਾਮ ਹੋਣਾ ਸੀ, ਇੱਕ ਵਾਰ ਪੋਸਟਪੋਨ ਹੋ ਗਿਆ ਦੋਸਤੋ। ਅਤੇ 10/12/2017 ਤੋਂ ਲੈ ਕੇ ਹੁਣ ਤੱਕ ਜਿਹੜੇ ਕੈਂਡੀਡੇਟ ਨੇ FCI ਪੰਜਾਬ ਵਾਚਮੈਨ ਦੇ, ਜਿਹੜੇ ਇੰਤਜ਼ਾਰ ਕਰ ਰਹੇ ਨੇ ਐਗਜ਼ਾਮ ਦਾ ਕਿ ਸਾਡਾ ਐਗਜ਼ਾਮ ਕਦੋਂ ਹੋਣਾ ਵਾਚਮੈਨ ਦਾ, ਤਾਂ ਤੁਹਾਨੂੰ ਦੱਸ ਦਈਏ ਦੋਸਤੋ ਕਿ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਵਾਚਮੈਨ ਦਾ ਪੇਪਰ ਅਪਲਾਈ ਕੀਤਾ ਹੋਇਆ, ਉਹਨਾਂ ਲਈ ਦੁੱਖ ਦੀ ਖਬਰ ਇਹ ਹੈ ਕਿ ਜਿਹੜੀ ਵਾਚਮੈਨ FCI ਪੰਜਾਬ ਦੀ ਭਰਤੀ ਸੀ ਪੰਜਾਬ ਰੀਜਨ ਲਈ, ਉਹ ਦੋਸਤੋ ਰੱਦ ਕਰ ਦਿੱਤੀ ਗਈ ਹੈ। ਉਹਨਾਂ ਨੇ ਨੋਟੀਫਿਕੇਸ਼ਨ ਆ ਜਿਹੜਾ ਵਿਦਡਰੋ ਕਰ ਲਿਆ ਦੋਸਤੋ, ਵਿਦਡਰੋ ਮਤਲਬ ਵਾਪਸ ਲੈ ਲਿਆ। ਇਹਦੇ ਸੰਬੰਧੀ ਸਾਡੇ ਕੋਲ ਇੱਕ ਅਫੀਸ਼ੀਅਲ ਨੋਟਿਸ ਹੈ FCI ਵੱਲੋਂ, ਜਿਹੜਾ ਕਿ ਨਿਊਜ਼ ਪੇਪਰ ਦੇ ਵਿੱਚ ਅਤੇ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ 'ਤੇ ਵੀ ਆਇਆ ਸੀ ਦੋਸਤੋ। 11/3/2019 ਦਾ ਨੋਟਿਸ ਹੈ ਇਹ, ਅਤੇ ਦੋਸਤੋ ਅਫੀਸ਼ੀਅਲ ਨੋਟਿਸ ਹੈ ਇਹ। ਇਹਦੇ 'ਚ ਲਿਖਿਆ, ਡਿਊ ਟੂ ਅਨਅਵੋਇਡਬਲ ਸਰਕਮਸਟਾਂਸਿਸ FCI ਰੀਜਨਲ ਆਫਿਸ ਪੰਜਾਬ ਐਡਵਰਟਾਈਜ਼ਮੈਂਟ ਨੰਬਰ ਦਿਸ ਡੇਟਡ ਦਿਸ ਫੋਰ ਰਿਕਰੂਟਮੈਂਟ ਆਫ ਵਾਚ ਐਂਡ ਵਾਰਡ ਬੀਂਗ ਸਬਜੈਕਟ ਮੈਟਰ ਆਫ ਵੇਰੀਅਸ ਰਿਟ ਪਟੀਸ਼ਨਸ ਬਿਫੋਰ ਦਾ ਆਨਰੇਬਲ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਐਂਡ ਆਰਡਰਸ ਪਾਸ ਦੇਅਰ ਇਨ ਫਰੋਮ ਟਾਈਮ ਟੂ ਟਾਈਮ ਦ ਸੈਡ ਐਡਵਰਟਾਈਜ਼ਮੈਂਟ ਨੰਬਰ ਦਿਸ ਐਂਡ ਡੇਟਡ ਦਿਸ ਇਜ ਹੇਅਰ ਬਾਏ ਵਿਦਡਰੋਨ ਵਿਦ ਇਮੀਡੀਏਟ ਇਫੈਕਟ। ਅਤੇ ਦੋਸਤੋ, ਤੁਹਾਨੂੰ ਦੱਸ ਦਈਏ ਕਿ ਜਿਹੜੇ ਪਹਿਲਾਂ ਕਰਮਚਾਰੀ FCI ਪੰਜਾਬ ਦੇ ਵਿੱਚ ਕੰਮ ਕਰ ਰਹੇ ਸੀਗੇ ਵਾਚਮੈਨ ਸੰਬੰਧੀ, ਉਹਨਾਂ ਨੇ ਰਿਟ ਪਟੀਸ਼ਨਸ ਪਾਈਆਂ ਹੋਈਆਂ ਸੀ ਆਨਰੇਬਲ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਦੇ ਵਿੱਚ। ਦੋਸਤੋ, ਉਹ ਰਿਟ ਪਟੀਸ਼ਨਸ ਚੱਲ ਰਹੀਆਂ ਸੀ, ਹਾਲੇ ਉਹਨਾਂ ਦੀ ਸੁਣਵਾਈ ਹੋ ਰਹੀ ਸੀਗੀ, ਅਤੇ ਉਹ ਕਾਫੀ ਸਮਾਂ ਲੈ ਰਿਹਾ ਸੀਗਾ ਰਿਟ ਪਟੀਸ਼ਨਸ, ਕੋਰਟ ਕੇਸ ਨੇ ਜਿਹੜੇ। ਅਤੇ ਇਸ ਕਰਕੇ ਜਿਹੜਾ FCI ਆ ਉਹਨੇ ਸੋਚਿਆ ਕਿ ਜਿਹੜਾ ਅਸੀਂ ਨੋਟੀਫਿਕੇਸ਼ਨ ਇਹ ਭਰਤੀ ਇਹਨੂੰ ਵਾਪਸ ਲੈਂਦੇ ਹਾਂ, ਅਤੇ ਉਹਨਾਂ ਨੇ ਨੋਟਿਸ ਆ ਜਿਹੜਾ ਅਫੀਸ਼ੀਅਲ ਕੱਢਿਆ। ਅਤੇ ਦੋਸਤੋ, ਹੁਣ ਦੱਸ ਦਈਏ ਕਿ ਇਹ ਭਰਤੀ ਆ ਜਿਹੜੀ ਕੈਂਸਲ ਹੋ ਚੁੱਕੀ ਹੈ ਜੀ, ਰੱਦ ਹੋ ਚੁੱਕੀ ਹੈ, ਡਿਸਮਿਸ ਹੋ ਚੁੱਕੀ ਹੈ ਦੋਸਤੋ। ਅਤੇ ਇਨ ਫਿਊਚਰ ਇਸ ਸੰਬੰਧੀ ਕੋਈ ਨਵੀਂ ਭਰਤੀ ਆ ਸਕਦੀ ਹੈ, ਅਤੇ ਉਹ ਇਨ ਫਿਊਚਰ ਕਦੋਂ ਵੀ ਆ ਸਕਦੀ, ਉਹਦੀ ਕੋਈ ਡੇਟ ਨਹੀਂ ਹੈਗੀ ਦੋਸਤੋ। ਅਤੇ ਹੋਰ ਗੱਲ ਦੱਸ ਦਈਏ, ਜਿਹੜੀ ਫੀਸ ਸੀਗੀ ਕੈਂਡੀਡੇਟਸ ਦੀ, ਉਹ ਦੋਸਤੋ ਹਾਲੇ ਤੱਕ ਫੀਸ ਮੋੜਨ ਬਾਰੇ ਇਹਨਾਂ ਦਾ ਕੋਈ ਨੋਟਿਸ ਨਹੀਂ ਆਇਆ ਕਿ ਜਿਨ੍ਹਾਂ ਜਿਨ੍ਹਾਂ ਕੈਂਡੀਡੇਟਸ ਦੀ ਇਹਨਾਂ ਨੇ ਫੀਸ ਭਰਵਾਈ ਹੈਗੀ, ਉਹ ਫੀਸ ਮੋੜਨ ਸੰਬੰਧੀ ਕੋਈ ਨੋਟਿਸ ਨਹੀਂ ਆਇਆ। ਇਸ ਲਈ ਦੋਸਤੋ,
ਤੁਸੀਂ ਜਿੱਥੇ ਅਪਲਾਈ ਕੀਤਾ ਗਾ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰਿਓ ਦੋਸਤੋ, ਕਿਉਂਕਿ ਹਾਲੇ ਤੱਕ ਫੀਸ ਮੋੜਨ ਸੰਬੰਧੀ ਕੋਈ ਨੋਟਿਸ ਨਹੀਂ ਆਇਆ। ਸਿਰਫ ਇਹੀ ਨੋਟਿਸ ਆਇਆ ਕਿ ਜਿਹੜੀ ਭਰਤੀ ਹੈ ਉਹ ਰੱਦ ਕੀਤੀ ਜਾਂਦੀ ਹੈ। ਅਤੇ ਦੋਸਤੋ, ਹੋਰ ਜਾਣਕਾਰੀਆਂ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ, ਤਾਂ ਜੋ ਜਿਨ੍ਹਾਂ ਨੇ FCI ਵਾਚਮੈਨ ਦਾ ਅਪਲਾਈ ਕੀਤਾ ਗਾ ਪੰਜਾਬ ਦੇ ਲਈ ਉਹਨਾਂ ਨੂੰ ਪਤਾ ਲੱਗ ਸਕੇ ਅਤੇ ਉਹ ਆਪਣੇ ਕਿਸੇ ਹੋਰ ਪੇਪਰ ਦੀ ਤਿਆਰੀ ਦੇ ਵਿੱਚ ਰੁੱਝ ਜਾਣ। ਧੰਨਵਾਦ ਦੋਸਤੋ।